ਇੰਗਲੈਂਡ ਦੇ ਮੈਂਬਰ ਪਾਰਲੀਮੈਂਟ ਸਰਦਾਰ ਤਨਮਨਜੀਤ ਸਿੰਘ ਡੇਜ਼ੀ ਜੋ ਇਸ ਵੇਲੇ ਪੰਜਾਬ ਫੇਰੀ ਤੇ ਨੇ ਪੰਜਾਬ ਦੀ ਮੈਟਰੋ ਸਿਟੀ ਲੁਧਿਆਣਾ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਰੂਬਰੂ ਹੁੰਦਿਆਂ ਇੰਗਲੈਂਡ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਡੇਜ਼ੀ ਨੇ ਆਪਣੀ ਫੇਰੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਜਿੰਨੇ ਵੀ ਆਪਣੇ ਇੱਥੇ ਲੁਧਿਆਣੇ ਦੇ ਵਿੱਚ ਪ੍ਰੇਮੀ ਨੇ ਵਰਲਡ ਸਿੱਖ ਨਿਊਜ਼ ਦੇ ਵੀ, ਮੈਂ ਉਹਨਾਂ ਨੂੰ ਵੀ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਕਰਦਾ ਹਾਂ ਅਤੇ ਤੁਹਾਡੇ ਸਾਰਿਆਂ ਮੀਡੀਆ ਦੇ ਮਿੱਤਰ ਸਿੰਘਾਂ ਦਾ ਵੀ ਕਿ ਤੁਸੀਂ ਇਹ ਜਿਹੜੀ ਮੇਰੀ ਪੰਜਾਬ ਦੀ ਜਿਹੜੀ ਇਹ ਫੇਰੀ ਆ, ਈਡੀਆ ਦੀ ਫੇਰੀ, ਇਹਦੇ ਦੌਰਾਨ ਪਿਆਰ ਬਣਿਆ। ਪੰਜਾਬੀਆਂ ਦੀ ਦੇਖੋ ਆਪਣੀ ਖਾਸੀਅਤ ਹੁੰਦੀ ਆ, ਜੋ UK ਦੀ ਸਿਆਸਤ ਆ ਉਹ ਅਲੱਗ ਆ, ਪਰ ਇੱਥੇ ਆ ਕੇ ਜਿੰਨਾ ਮੈਨੂੰ ਪਿਆਰ ਮਿਲਿਆ ਅਤੇ ਜਿਹੜੀਆਂ ਸਾਂਝਾਂ, ਮੈਂ ਸਮਝਦਾ ਕਿ ਦੋਵਾਂ ਦੇਸ਼ਾਂ ਦੀ ਦੋਵਾਂ ਇਲਾਕਿਆਂ ਦੀ ਜਿਹੜੀਆਂ ਸਾਂਝਾਂ ਆ, ਮੈਂ ਕੋਸ਼ਿਸ਼ ਕਰ ਰਿਹਾ। ਲੁਧਿਆਣਾ ਤੋਂ ਯੋਗੇਸ਼ ਕਪੂਰ ਨਾਲ ਬੌਬੀ ਕਾਠੀਆ ਦੀ ਰਿਪੋਰਟ, ਚੈਨਲ 2।